ਆਕਸਫੋਰਡ ਹੋਸਪਿਟਲ ਵੱਲੋਂ ਅਤੇ ਉਹਨਾਂ ਦੀ ਸੁਪਰ ਸਪੈਸ਼ਲਿਸਟ ਟੀਮ ਵੱਲੋਂ ਬੀਤੇ ਦਿਨੀ ਸ਼ਕਤੀ ਆਸ਼ਰਮ ਦੇਵਾ ਜੀ ਦੇ ਤਪ ਸਥਾਨ ਮੁਕੇਰੀਆਂ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ BP, ਸ਼ੂਗਰ, ਹਰਟ, ਕੈਂਸਰ ਅਤੇ ਦਿਮਾਗ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਗਈ ਅਤੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ। ਇਸ ਕੈਂਪ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮਰੀਜ਼ਾਂ ਨੇ ਆਪਣੀ ਜਾਂਚ ਕਰਵਾਈ। ਆਓ ਮਾਰਦੇ ਇੱਕ ਨਜ਼ਰ।
ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਡਾਕਟਰ ਇੰਦਰਦੀਪ ਸਿੰਘ, ਚੀਫ ਕੰਸਲਟੈਂਟ ਓਂਕੋਸਰਜਨ ਆਕਸਫੋਰਡ ਹੋਸਪਿਟਲ ਜਲੰਧਰ। ਅੱਜ ਇਹ ਕੈਂਪ ਜਿਹੜਾ ਅਸੀਂ ਔਰਗਨਾਈਜ਼ ਕੀਤਾ ਹੈ, ਇਹ ਆਕਸਫੋਰਡ ਹੋਸਪਿਟਲ ਵੱਲੋਂ ਇਹ ਕੈਂਪ ਇੱਥੇ ਔਰਗਨਾਈਜ਼ ਕੀਤਾ ਗਿਆ ਹੈ, ਜਿਹਦੇ ਵਿੱਚ ਓਂਕੋਲੋਜੀ ਦੇ ਯਾਨੀ ਕੈਂਸਰ ਦੇ ਮਾਹਰ ਡਾਕਟਰ ਵੱਲੋਂ ਮੈਨੂੰ ਨਿਯੁਕਤ ਕੀਤਾ ਗਿਆ ਸੀ ਅਤੇ ਅਸੀਂ ਆ ਕੇ ਇੱਥੇ ਪੇਸ਼ੈਂਟ ਦੇਖੇ ਹੈ। ਅਤੇ ਅਸੀਂ ਇਹੀ ਆਪਾਂ ਲੋਕਾਂ 'ਚ ਇਹੀ ਸੰਦੇਸ਼ ਦੇਣਾ ਚਾਹਿਆ ਹੈ ਕਿ ਕੈਂਸਰ ਦੀ ਰੋਕਥਾਮ ਲਈ ਅੱਜ ਕੱਲ੍ਹ ਸਾਡੇ ਕੋਲ ਸਾਰੀ ਸੁਵਿਧਾਵਾਂ, ਸਾਰੇ ਟੈਸਟ ਹੈਗੇ ਹੈ। ਕੈਂਸਰ ਨੂੰ ਅਸੀਂ ਪ੍ਰਾਇਮਰੀ ਪਹਿਲੀ ਸਟੇਜ 'ਤੇ ਹੀ ਅੱਜ ਕੱਲ੍ਹ ਫੜ ਲਿਆ ਜਾਂਦਾ ਹੈਗਾ, ਖਾਸ ਕਰਕੇ ਜਿਹੜੇ ਔਰਤਾਂ 'ਚ ਹੋਣ ਵਾਲੇ ਕੈਂਸਰ ਹੈਗੇ ਹੈ, ਸਤਨ ਦਾ ਕੈਂਸਰ ਜਿਹਨੂੰ ਆਪਾਂ ਬ੍ਰੈਸਟ ਕੈਂਸਰ ਕਹਿੰਦੇ ਹਾਂ, ਬੱਚੇਦਾਨੀ ਦੇ ਮੂੰਹ ਦਾ ਕੈਂਸਰ, ਲਿਵਰ ਦਾ ਕੈਂਸਰ, ਫਿਰ ਅੰਡਕੋਸ਼ ਦਾ ਕੈਂਸਰ, ਇਹ ਸਾਰੇ ਕੈਂਸਰ ਜਿਹੜੇ ਕਿ ਔਰਤਾਂ ਨੂੰ ਜ਼ਿਆਦਾ ਇਫੈਕਟ ਕਰਦੇ ਨੇ, ਇਹਨਾਂ ਨੂੰ ਅੱਜ ਕੱਲ੍ਹ ਅਸੀਂ ਪਹਿਲੀ ਸਟੇਜ ਤੋਂ ਹੀ ਫੜ ਲਿਆ ਜਾਂਦਾ ਹੈ। ਅਤੇ ਦੂਜੀ ਗੱਲ ਇਹ ਹੈ ਕਿ ਅੱਜ ਕੱਲ੍ਹ ਸਾਡੇ ਕੋਲ ਇਹੋ ਜਿਹੀਆਂ ਦਵਾਈਆਂ ਹਨ ਕਿ ਇਹ ਕੈਂਸਰ ਨੂੰ ਅਸੀਂ ਉਤਪੰਨ ਹੀ ਨਹੀਂ ਹੋਣ ਦੇਈਦਾ, ਇਹ ਕੈਂਸਰ ਨੂੰ ਆਪਾਂ ਓਰੀਜਨ 'ਤੇ ਹੀ ਫੜ ਲਈਦਾ ਹੈ। ਸੋ ਇਸ ਨੂੰ ਆਪਾਂ, ਸਾਡਾ ਇਸ ਕੰਸੈਪਟ ਹੈ ਕੈਂਸਰ ਕੀਮੋ ਪ੍ਰੀਵੈਂਸ਼ਨ, ਵੀ ਸਾਡੇ ਕੋਲ ਇਹੋ ਜਿਹੀ ਦਵਾਈ ਹੈ ਕਿ ਅਸੀਂ ਕੈਂਸਰ ਹੀ ਨਹੀਂ ਹੋਣ ਦੇਈਦਾ ਸੁਸੈਪਟੀਬਲ ਮਰੀਜ਼ਾਂ 'ਚ, ਜਿਹੜੇ ਮਰੀਜ਼ ਕਿ ਜ਼ਿਆਦਾ ਪ੍ਰੋਨ ਨੇ ਕੈਂਸਰ ਦੇ ਹੋਣ ਨੂੰ। ਸੋ ਅੱਜ ਤਾਂ ਇਹੀ ਲੋਕਾਂ ਨੂੰ ਅਸੀਂ ਇਹੀ ਡਰ ਮੁਕਾਉਣ ਆਏ ਸੀ, ਇੱਕ ਲੋਕਾਂ ਨੂੰ ਇਹ ਸੰਦੇਸ਼ ਦੇਣ ਆਏ ਸੀ, ਉਹਨਾਂ ਨੂੰ ਇਹ ਨੌਲੇਜ ਦੇਣ ਆਏ ਸੀਗੇ ਕਿ ਨੰਬਰ ਇੱਕ ਕਿ ਕੈਂਸਰ ਦੀ ਰੋਕਥਾਮ ਬਹੁਤ ਜ਼ਰੂਰੀ ਹੈ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਨੋਨ ਕਮਿਊਨੀਕੇਬਲ ਡਿਜ਼ੀਜ਼ ਵਿੱਚ ਕੈਂਸਰ ਹੀ ਹਿੰਦੁਸਤਾਨ 'ਚ ਨੰਬਰ ਵਨ ਕਿਲਰ ਹੋ ਜਾਏਗਾ। ਆਉਣ ਵਾਲੇ 2025-2030 ਤੱਕ ਕੈਂਸਰ ਵਿਲ ਬੀ ਦਾ ਲੀਡਿੰਗ ਕਿਲਰ ਇਨ ਇੰਡੀਆ ਇਨ ਨੋਨ ਕਮਿਊਨੀਕੇਬਲ ਡਿਜ਼ੀਜ਼, ਮਤਲਬ ਡਾਇਬਟੀਜ਼ ਅਤੇ ਹਾਰਟ ਰੇਟ, ਹਾਰਟ ਦੇ ਮਰੀਜ਼ਾਂ ਤੋਂ ਵੀ ਜ਼ਿਆਦਾ ਕੈਂਸਰ ਲੋਕਾਂ ਨੂੰ ਮਾਰੇਗਾ। ਸੋ ਦੂਜੀ ਗੱਲ ਇਹ ਹੈ ਵੀ ਕੈਂਸਰ ਦੇ ਨਾਂ ਤੋਂ ਜੋ ਕਿ ਬਹੁਤ ਵੱਡਾ ਹੈ, ਲੋਕਾਂ 'ਚ ਇੱਕ ਡਰ ਲੱਗਾ ਹੁੰਦਾ ਹੈ ਕਿ ਕੈਂਸਰ ਜਿਹੜਾ ਹੈਗਾ ਉਹਨੂੰ ਕੋਈ ਛੇੜਨਾ ਨਹੀਂ ਚਾਹੀਦਾ, ਇਹ ਆਪੇ ਠੀਕ ਹੋ ਜਾਂਦਾ ਹੈ, ਦਵਾਈਆਂ ਕੀਮੋਥੈਰੇਪੀ ਤੋਂ ਲੋਕ ਡਰਦੇ ਨੇ, ਸਰਜਰੀ ਕਰਵਾਉਣ ਤੋਂ ਲੋਕ ਡਰਦੇ ਨੇ। ਸੋ ਇਹ ਲੋਕਾਂ ਦਾ ਡਰ ਅਸੀਂ ਮਿਟਾਉਣਾ ਸੀਗਾ ਕਿ ਜਿਹੜਾ ਕਿ ਇਹ ਜਿਹੜੀਆਂ ਦਵਾਈਆਂ ਬਣੀਆਂ ਨੇ, ਰੇਡੀਓਥੈਰੇਪੀ, ਕੀਮੋਥੈਰੇਪੀ, ਸਰਜਰੀ, ਜਿਹੜੀਆਂ ਤਿੰਨ ਮੋਡੈਲਿਟੀਜ਼ ਨੇ ਜਿਨ੍ਹਾਂ ਨਾਲ ਕੈਂਸਰ ਨੂੰ ਆਪਾਂ ਠੀਕ ਕਰਦੇ ਹਾਂ, ਇਹ ਕੈਂਸਰ ਦੀ ਰੋਕਥਾਮ 'ਚ, ਕੈਂਸਰ ਨੂੰ ਅੱਗੇ ਵਧਣ ਲਈ, ਵਧਣ ਤੋਂ ਰੋਕਣ ਲਈ ਇਹ ਬਹੁਤ ਜ਼ਰੂਰੀ ਨੇ। ਅਤੇ ਹਰ ਇੱਕ ਮੋਡੈਲਿਟੀ ਦਾ ਆਪਣਾ ਇੱਕ ਰੋਲ ਹੈ ਕੈਂਸਰ 'ਚ। ਜਨਰਲੀ ਅੱਜ ਕੱਲ੍ਹ ਜਿਹੜੇ ਕੈਂਸਰ 'ਚ ਮੈਂ ਡੀਲ ਕਰਦਾ ਹਾਂ, ਜਿੱਦਾਂ ਸੋਲਿਡ ਟਿਊਮਰ 'ਚ ਅੱਜ ਕੱਲ੍ਹ ਜਿਹੜੀ ਥੈਰੇਪੀ ਚੱਲੀ ਹੈ, ਮਲਟੀ ਮੋਡੈਲਿਟੀ ਥੈਰੇਪੀ, ਵੀ ਹਰ ਇੱਕ ਕੈਂਸਰ 'ਚ ਦੋ ਜਾਂ ਤਿੰਨ ਮੋਡੈਲਿਟੀ ਆਫ ਟ੍ਰੀਟਮੈਂਟ ਯੂਜ਼ ਹੁੰਦੀਆਂ। ਪਹਿਲਾਂ ਜਿੱਦਾਂ ਇੱਕ ਕੈਂਸਰ 'ਚ ਇੱਕ ਹੀ ਹਰ ਕੈਂਸਰ 'ਚ ਇੱਕ ਹੀ ਮੋਡੈਲਿਟੀ ਯੂਜ਼ ਹੁੰਦੀ ਸੀ, ਉਹ ਚੀਜ਼ ਹੁਣ ਖਤਮ ਹੋ ਚੁੱਕੀ ਹੈ। ਇਸ ਕਰਕੇ ਅਸੀਂ, ਮਤਲਬ ਸਾਡਾ ਜਿਹੜਾ ਸਕਸੈਸ ਰੇਟ ਹੈ ਕੈਂਸਰ ਟ੍ਰੀਟਮੈਂਟ ਦਾ, ਉਹ ਬਹੁਤ ਜ਼ਿਆਦਾ ਹੈ। ਈਵਨ ਸਟੇਜ 4 ਬ੍ਰੈਸਟ ਕੈਂਸਰ ਸਾਡੇ ਕੋਲ ਪੇਸ਼ੈਂਟ ਹੈਗੇ ਨੇ ਜਿਨ੍ਹਾਂ ਦਾ ਹੱਡੀ 'ਚ ਗਿਆ ਹੋਇਆ ਕੈਂਸਰ ਹੈ, ਲਿਵਰ ਤੱਕ ਗਿਆ ਹੋਇਆ ਕੈਂਸਰ ਹੈ, ਸਟੇਜ 4 ਬ੍ਰੈਸਟ ਕੈਂਸਰ ਹੈ, ਪਿਛਲੇ 3-4 ਸਾਲ ਤੋਂ ਚੰਗੇ ਭਲੇ ਸਾਡੇ ਕੋਲ ਤੁਰ ਕੇ ਆ ਰਹੇ ਨੇ। ਸੋ ਜਿਹੜੀਆਂ ਲੇਟੈਸਟ ਦਵਾਈਆਂ, ਜਿਹੜੀ ਲੇਟੈਸਟ ਟੈਕਨੋਲੋਜੀ ਜਿਹੜੀ ਆਈ ਹੈ, ਜਿਹੜੀ ਕੈਂਸਰ 'ਚ ਅਸੀਂ ਅਪਲਾਈ ਕੀਤੀ ਹੈ, ਉਹਦੇ ਨਾਲ ਕੈਂਸਰ ਦੇ ਮਰੀਜ਼ਾਂ ਨੂੰ ਬਹੁਤ ਸਹਿਯੋਗ ਹੋਇਆ ਹੈ। ਅਤੇ ਹੋਰ ਵੀ ਰਿਸਰਚ ਚੱਲ ਰਹੀ ਹੈ, ਆਉਣ ਵਾਲੇ ਸਮੇਂ 'ਚ ਹੋਰ ਇਹਨਾਂ ਲੋਕਾਂ ਦੀ ਇੱਕ ਹੋਰ ਆਸ ਜੁੜੀ ਹੋਈ ਹੈ ਕਿ ਜਿਹੜਾ ਆਪਾਂ ਵੀ ਇਹ ਕੈਂਸਰ ਦੇ ਡਰ ਤੋਂ ਇਹਨੂੰ ਬਿਲਕੁਲ ਖਤਮ ਕਰਨਾ ਹੈ, ਪਲੱਸ ਆਪਾਂ ਹੁਣ ਕੈਂਸਰ ਨਾ ਵੀ ਬੋਡੀ 'ਚੋਂ ਬਿਲਕੁਲ ਇਰੈਡੀਕੇਟ ਹੋਵੇ, ਕੈਂਸਰ ਦੇ ਨਾਲ ਵੀ ਆਪਾਂ ਬੰਦੇ ਨੂੰ ਬਹੁਤ ਲੰਬਾ ਸਮਾਂ ਕਢਾ ਦੇਈਦਾ ਹੈਗਾ। ਅਤੇ ਜਿੱਦਾਂ ਮਰਦਾਂ 'ਚ ਹੋਣ ਵਾਲਾ ਗਦੂਦਾਂ ਦਾ ਕੈਂਸਰ ਅੱਜ ਕੱਲ੍ਹ ਵਧੀ ਜਾ ਰਿਹਾ ਹੈ, ਆਉਣ ਵਾਲੇ ਸਮੇਂ 'ਚ ਗਦੂਦਾਂ ਦੇ ਕੈਂਸਰ ਦਾ ਇੰਸੀਡੈਂਸ ਹੋਰ ਵਧਣਾ ਹੈਗਾ, ਲੋਕਾਂ ਨੂੰ ਮੇਲ ਮੈਂਬਰਸ ਨੂੰ ਅਸੀਂ ਇਹ ਵੀ ਸੁਚੇਤ ਕੀਤਾ ਹੈਗਾ ਕਿ ਆ ਕੇ ਆਪਾਂ ਇੱਕ ਪ੍ਰੋਸਟੇਟ ਕਲੀਨਿਕ ਚਲਾ ਰਹੇ ਹਾਂ, ਆਕਸਫੋਰਡ ਕਲੀਨਿਕ, ਆਕਸਫੋਰਡ ਹੋਸਪਿਟਲ ਜਲੰਧਰ ਵਿਖੇ, ਜਿਹਦੇ ਵਿੱਚ ਐਕਸਕਲੂਸਿਵਲੀ ਫਰਾਈਡੇ ਦੇ ਫਰਾਈਡੇ, ਸ਼ੁੱਕਰਵਾਰ ਦੇ ਦਿਨ ਅਸੀਂ ਸਿਰਫ ਮੇਲ ਪ੍ਰੋਸਟੇਟ ਕਲੀਨਿਕ ਚਲਾਇਆ ਹੈ, ਜਿਹਦੇ 'ਚ ਆਪਾਂ ਅਰਲੀ ਡਿਟੈਕਸ਼ਨ ਆਫ ਪ੍ਰੋਸਟੇਟ ਕੈਂਸਰ ਕਰਨੀ ਹੈ, ਗਦੂਦਾਂ ਦਾ ਕੈਂਸਰ ਨੂੰ ਛੇਤੀ ਫੜਨਾ ਹੈ, ਛੇਤੀ ਰੋਕਥਾਮ ਕਰਨੀ ਹੈ, ਤਾਂ ਕਿ ਇਹ ਕੈਂਸਰ ਨਾ ਫੈਲ ਸਕੇ ਅਤੇ ਕੈਂਸਰ ਨੂੰ ਆਪਾਂ ਜੜੋਂ ਹੀ ਖਤਮ ਕਰ ਸਕੀਏ। ਇਸ ਕਰਕੇ ਜਿਹੜੇ ਮੇਲ ਮੈਂਬਰਸ ਨੇ, ਅਸੀਂ ਉਹਨਾਂ ਸਾਰਿਆਂ ਨੂੰ ਕਿਹਾ ਹੈ ਕਿ ਜਿਹੜੀ ਤੁਹਾਡੇ ਅੱਗੇ ਦਰਖਾਸਤ ਹੈ ਕਿ ਤੁਸੀਂ ਫਰਾਈਡੇ ਦੇ ਫਰਾਈਡੇ, ਹਰ ਫਰਾਈਡੇ, ਹਫ਼ਤੇ ਦੇ ਹਰ ਫਰਾਈਡੇ ਅਸੀਂ ਉੱਥੇ ਪ੍ਰੋਸਟੇਟ ਕਲੀਨਿਕ ਚਲਾਉਂਦੇ ਹਾਂ, ਤੁਸੀਂ ਆ ਕੇ ਆਪਣੀ ਸਕਰੀਨਿੰਗ ਕਰਾਓ। ਅਤੇ ਪ੍ਰੋਸਟੇਟ ਕੈਂਸਰ ਦੀ ਸਕਰੀਨਿੰਗ ਅਸੀਂ ਸ਼ੁਰੂ ਕਰ ਦਿੱਤੀ ਹੈ ਉੱਥੇ। ਮੈਂ ਡਾਕਟਰ ਦੀਪਾਸ਼ੂ ਸਚਦੇਵਾ, ਆਕਸਫੋਰਡ ਹੋਸਪਿਟਲ 'ਚ ਨਿਊਰੋ ਸਰਜਨ ਹਾਂ। ਅਸੀਂ ਅੱਜ ਮੁਕੇਰੀਆਂ ਵਿੱਚ ਆਪਣਾ ਕੈਂਪ ਲਗਾਇਆ ਨਿਊਰੋ ਸਰਜਰੀ ਦਾ ਅਤੇ ਨਿਊਰੋਲੋਜੀ ਦਾ, ਜਿਸ ਵਿੱਚ ਅਸੀਂ ਆਪਣੇ ਸਾਰੇ ਮਰੀਜ਼ਾਂ ਨੂੰ ਦੇਖਿਆ। ਅਰਾਊਂਡ 100 ਮਰੀਜ਼ਾਂ ਨੂੰ ਅਸੀਂ ਅੱਜ ਜਾਂਚ ਕੀਤੀ ਹੈ, ਜਿਸ ਵਿੱਚ ਮੇਨਲੀ ਬ੍ਰੇਨ ਟਿਊਮਰ ਦੇ ਮਰੀਜ਼ ਸੀਗੇ, ਸਰਵਾਈਕਲ ਸਪਾਈਨ ਦੇ ਬ੍ਰੈਕ ਪ੍ਰੋਬਲਮ ਦੇ ਬੜੇ ਸਾਰੇ ਮਰੀਜ਼ ਆਏ ਸਾਡੇ ਕੋਲ। ਅਸੀਂ ਆਪਣੇ ਆਕਸਫੋਰਡ ਹੋਸਪਿਟਲ 'ਚ ਬਹੁਤ ਸਾਰੇ ਨਵੇਂ ਐਡਵਾਂਸ ਤਰੀਕੇ ਨਾਲ ਇਲਾਜ ਕਰ ਰਹੇ ਹਾਂ, ਜਿਵੇਂ ਕਿ ਦੂਰਬੀਨ ਰਾਹੀਂ ਸਾਰਿਆਂ ਦੇ ਓਪਰੇਸ਼ਨ ਕਰ ਰਹੇ ਹਾਂ ਮੇਨਲੀ। ਅਸੀਂ ਨਿਊਰੋ ਇੰਟਰਵੈਂਸ਼ਨ ਵੀ ਕਰ ਰਹੇ ਹਾਂ, ਜਿਹੜੀ ਕਿ ਸ਼ਹਿਰ ਵਿੱਚ ਕੋਈ ਹੋਰ ਨਹੀਂ ਕਰ ਰਿਹਾ, ਜੋ ਅਸੀਂ ਹੀ ਕਰ ਰਹੇ ਹਾਂ ਉੱਥੇ ਮੇਨਲੀ। ਹੈਲੋ, ਮੈਂ ਡਾਕਟਰ ਸੰਜੀਵ, ਸੀਨੀਅਰ ਮੈਡੀਕਲ ਆਫਿਸਰ ਆਕਸਫੋਰਡ ਹੋਸਪਿਟਲ ਜਲੰਧਰ ਤੋਂ। ਆਕਸਫੋਰਡ ਹੋਸਪਿਟਲ ਜਲੰਧਰ 'ਚ ਨੰਬਰ 1 ਕਾਰਡਿਕ ਨਿਊਰੋ ਔਰਥੋਪੈਡ ਸੈਂਟਰ ਹੈਗਾ।
ਅਸੀਂ ਹਰ ਵਾਰ ਇੱਥੇ ਮਕੇਰੀਆਂ ਕੈਂਪ ਲਗਾਏ ਹੈ ਅਤੇ ਅੱਜ ਵੀ ਇੱਥੇ ਮਕੇਰੀਆਂ ਕੈਂਪ ਲੱਗਿਆ ਜਿਹਦੇ ਵਿੱਚ ਸਾਰੇ ਆਕਸਫੋਰਡ ਹੋਸਪਿਟਲ ਦੇ ਸੀਨੀਅਰ ਕੰਸਲਟੈਂਟ ਡਾਕਟਰ ਗੁਰਵੀਰ ਸਿੰਘ ਗਿੱਲ, ਕਾਰਡੀਓਲੋਜਿਸਟ ਡਾਕਟਰ ਇੰਦਰਪ੍ਰੀਤ, ਕੈਂਸਰ ਸਪੈਸ਼ਲਿਸਟ ਡਾਕਟਰ ਦੀਪਾਂਸ਼ੂ, ਨਿਊਰੋ ਸਰਜਨ ਆਏ ਸੀ। ਇੱਥੇ ਸਾਰੇ ਪੇਸ਼ੈਂਟ ਚੰਗੀ ਤਰ੍ਹਾਂ ਦੇਖੇ, ਉਹਨਾਂ ਦੇ ਫ੍ਰੀ ਬਲੱਡ ਇਨਵੈਸਟੀਗੇਸ਼ਨਸ, ਬਲੱਡ ਸ਼ੂਗਰ, ECG ਅਤੇ ਸਾਰੇ ਟੈਸਟ ਕੀਤੇ ਗਏ, ਨਾਲ ਫ੍ਰੀ ਦਵਾਈਆਂ ਵੰਡੀਆਂ ਗਈਆਂ। ਕੈਂਪ 'ਚ ਲਗਭਗ 200 ਦੇ ਕਰੀਬ ਪੇਸ਼ੈਂਟ ਆਏ ਸੀ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਸਮਝਾਇਆ ਗਿਆ ਕਿ ਹਾਰਟ ਦੀ ਪ੍ਰੋਬਲਮ ਕੀ ਹੁੰਦੀ, ਬ੍ਰੇਨ ਦੀ ਕੀ ਹੈ, ਕੀ ਸਿਮਟਮ ਆਉਂਦੇ ਹੈ, ਕਿੱਦਾਂ ਇਲਾਜ ਕਰਨਾ, ਕਿਹੜੀ ਚੀਜ਼ ਖਾਣੀ, ਕਿਹੜੀ ਚੀਜ਼ ਨਹੀਂ ਖਾਣੀ। ਇਸ ਲਈ ਪੇਸ਼ੈਂਟ ਸਾਰੇ ਪੂਰੀ ਤਰ੍ਹਾਂ ਸੰਤੁਸ਼ਟ ਹੈ।
ਅੱਜ ਆਸ਼ਰਮ 'ਚ ਕੈਂਪ ਲੱਗਿਆ, ਡਾਕਟਰ ਸਾਹਿਬ ਆਏ ਆਕਸਫੋਰਡ ਹੋਸਪਿਟਲ ਤੋਂ, ਅਤੇ ਡਾਕਟਰ ਸਾਹਿਬ ਸ਼ੂਗਰ ਦੇ, ਹਾਰਟ ਦੇ, ਕੈਂਸਰ ਦੇ, ਦਿਮਾਗ ਦੇ, ਬੜਾ ਅੱਛਾ 100-150 ਪੇਸ਼ੈਂਟ ਦੇਖਿਆ, ਬੜੇ ਵਧੀਆ ਤਰੀਕੇ ਨਾਲ ਦੇਖਿਆ ਔਰ ਬਹੁਤ ਅੱਛਾ ਲੱਗਿਆ। ਅੱਗੇ ਵੀ ਕਾਫੀ ਕੈਂਪ ਲਾਏ ਆ ਆਸ਼ਰਮ 'ਚ, ਬੜੇ ਲੋਕ ਖੁਸ਼ ਹੋਏ ਆ, ਬੜੇ ਲੋਕਾਂ ਨੂੰ ਆਰਾਮ ਮਿਲਿਆ, ਬੜੇ ਖੁਸ਼ ਆ ਸਰ। ਮੈਂ ਡਾਕਟਰ ਗੁਰਬੀਰ ਸਿੰਘ ਗਿੱਲ ਆਕਸਫੋਰਡ ਹੋਸਪਿਟਲ ਤੋਂ। ਅੱਜ ਅਸੀਂ ਦੇਵਾ ਜੀ ਦੇ ਸ਼ਕਤੀ ਆਸ਼ਰਮ ਸ਼ਕਤੀ ਮੰਦਰ ਦੇਵਾ ਜੀ ਦੇ ਤਪ ਸਥਾਨ 'ਤੇ ਬੈਠੇ ਹਾਂ। ਅੱਜ ਅਸੀਂ ਇੱਥੇ ਕੈਂਪ ਲਗਾਇਆ ਹੈਗਾ ਜਿਹਦੇ ਵਿੱਚ ਅਸੀਂ 150 ਤੋਂ ਉੱਪਰ ਪੇਸ਼ੈਂਟ ਚੈੱਕ ਕਰ ਚੁੱਕੇ ਹਾਂ। ਇਹਦੇ ਵਿੱਚ ਹਾਰਟ ਦੇ, ਸ਼ੂਗਰ ਦੇ, ਕੈਂਸਰ ਦੇ ਅਤੇ ਦਿਮਾਗ ਦੀਆਂ ਬਿਮਾਰੀਆਂ ਦੇ, ਸ਼ੂਗਰ ਅਤੇ ਸਾਰੀਆਂ ਚੀਜ਼ਾਂ ਦੇ ਪੇਸ਼ੈਂਟ ਅਸੀਂ ਚੈੱਕ ਕੀਤੇ ਔਰ ਦੇਵਾ ਜੀ ਦਾ ਬਹੁਤ ਸਾਥ ਰਿਹਾ ਸਾਨੂੰ, ਉਹਨਾਂ ਦੀ ਛਤਰਛਾਇਆ ਹੇਠ ਅਤੇ ਉਹਨਾਂ ਦੀ ਕਿਰਪਾ ਦੇ ਨਾਲ ਅਸੀਂ ਇਹ ਕੈਂਪ ਸੰਭਵ ਕੀਤਾ। ਇਹਦੇ ਵਿੱਚ ਫ੍ਰੀ ਲੋਕਾਂ ਦਾ ਚੈੱਕਅਪ ਹੋਇਆ, ਸੁਪਰ ਸਪੈਸ਼ਲਿਸਟ ਡਾਕਟਰਾਂ ਨੇ ਚੈੱਕਅਪ ਕੀਤਾ। ਇਹ ਪਹਿਲਾ ਕੈਂਪ ਹੈ ਇਲਾਕੇ ਦਾ ਜਿੱਥੇ ਸੁਪਰ ਸਪੈਸ਼ਲਿਸਟ ਡਾਕਟਰ ਆ ਕੇ ਚੈੱਕ ਕਰਕੇ ਜਾ ਰਹੇ ਨੇ ਔਰ ਲੋਕਾਂ ਨੂੰ ਆਪਣਾ ਕੀਮਤੀ ਸਮਾਂ ਅਤੇ ਕੀਮਤੀ ਸਲਾਹ ਦੇ ਕੇ ਜਾ ਰਹੇ ਨੇ ਔਰ ਮਹਾਰਾਜ ਦੀ ਮਿਹਰ ਰਹੀ, ਦੇਵਾ ਜੀ ਦੀ ਮਿਹਰ ਦੇ ਨਾਲ ਇਹ ਕੈਂਪ ਬਹੁਤ ਹੀ ਸਫਲ ਰਿਹਾ ਹੈ ਔਰ ਮੈਂ ਉਮੀਦ ਕਰਦਾ ਕਿ ਇਲਾਕੇ ਨਿਵਾਸੀਆਂ ਨੂੰ ਇਹਦੇ ਨਾਲ ਬਹੁਤ ਫਾਇਦਾ ਹੋਊਗਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿੱਦਾਂ ਦੇਵਾ ਜੀ ਦਾ ਸਾਥ ਰਹੇਗਾ, ਉਹਨਾਂ ਦੇ ਆਸ਼ੀਰਵਾਦ ਦੇ ਨਾਲ ਅਸੀਂ ਇੱਦਾਂ ਦੇ ਕੈਂਪ ਲਾਉਂਦੇ ਰਹਾਂਗੇ। ਅਤੇ ਨਾਲ ਹੀ ਮੈਂ ਧੰਨਵਾਦ ਕਰਦਾ ਪੰਜਾਬ ਪਲੱਸ ਚੈਨਲ ਦਾ ਜਿਨ੍ਹਾਂ ਨੇ ਇਸ ਚੰਗੇ ਕੰਮ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਇੰਨਾ ਅੱਛਾ ਉਪਰਾਲਾ ਕੀਤਾ, ਸਾਡਾ ਸਾਥ ਦਿੱਤਾ। ਮੈਂ ਇਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਕਰਦਾ। ਥੈਂਕ ਯੂ।